ओल्या में तेरी मिस्सी रोटी, ओले दी रोटी, ओले दी रोटी। ओला सिंह सरपंच बना रहा है चाहे जे चाहे से बुलाया है। सारे पूछ रहे हैं भी प्लॉट किवें लिया, भी तुसी सारे कहंदे सी असीं इकट्ठे लवांगे। ਗਿੰਨੂ ਸੌਦੇ ਪੱਤੇ ਲਿਖ ਕੇ ਦੇ ਰਹੀ ਆ ਜਸ਼ਨ ਨੂੰ। ਮੈਂ ਲਿਖ ਰਹੀ ਸੀ ਕਾਰਡਬੋਰਡ, ਕਹਿੰਦਾ ਇਹ ਮੈਨੂੰ ਸਮਝ ਨਹੀਂ ਆਉਣਾ, ਸਿੱਧਾ ਲੈਟਰੀ ਲਿਖ ਦੋ। ਕਿੱਥੇ ਚੱਲੇ ਅੱਜ? ਅਸੀਂ ਚੱਲੇ ਹਾਂ ਪਾਰਟੀ ਤੇ। ਤੁਸੀਂ ਪਾਰਟੀ ਤੇ ਚੱਲੇ ਹੋ? ਫਰੂਟ ਹਰਾਟਣਾ, ਫਰੂਟ ਖਾ ਕੇ, ਹੈਲਦੀ ਖਾ ਕੇ, ਅਨ ਹੈਲਦੀ ਖਾਵਾਂਗੇ। ਡੈਡੀ ਆ ਗੜਬੀ ਚ ਪਾਣੀ ਲੈ ਕੇ ਆਈ, ਟਾਇਰਾਂ ਤੇ ਪਾ ਦਈਏ, ਪਤਾ ਨਹੀਂ ਪਹੁੰਚਣਗੀਆਂ ਕਿ ਨਹੀਂ। ਭਾਈ ਗੁਲਾਬ ਜਾਮਣਾ ਤੇ ਹਮਲਾ ਤਾਂ ਦੇਖ ਲੋ ਕਰ ਰਹੇ ਬੰਦੇ। ਰਾਊਂਡ 3 ਜਿਵੇਂ ਇਹ ਘਰ ਵੀ ਕਾਫੀ ਵੱਡਾ, ਆਪਾਂ ਉਰੇ ਇੱਥੇ ਤੱਕ ਪਾਲਾਂਗੇ ਹਨਾ। ਅੱਜ ਇੱਥੇ ਤੱਕ ਇਹ ਖਤਮ ਹੁੰਦਾ, ਫਿਰ ਵੀ ਆਪਣੇ ਕੋਲ ਬਹੁਤ ਜ਼ਿਆਦਾ ਜਗ੍ਹਾ, ਬਾਰੇ ਬੂਰੇ ਬੈਠਣ ਨੂੰ ਪੂਰੀ ਖੁੱਲੀ ਜਗ੍ਹਾ ਡੈਡੀ, ਖੇਡਣ ਖੁੱਡਣ ਨੂੰ। ਮੈਨੂੰ ਇੱਦਾਂ ਹੀ ਸੀਗਾ ਜਦੋਂ ਮੈਂ ਘਰ ਪ੍ਰੋਪਰਟੀ ਦੇਖੀ ਸੀ, ਮੈਂ ਕਿਹਾ ਵੀ ਬੱਚਿਆਂ ਦੇ ਖੇਡਣ ਨੂੰ ਨਾ ਜਗ੍ਹਾ ਹੋਵੇ। ਵਾਧੂ ਲੱਗੇ ਨੇ ਸਬਜ਼ੀ ਭਾਜੀ ਤਾਂ। ਹਾਂ ਸਬਜ਼ੀ ਭਾਜੀ ਤਾਂ ਵਾਧੂ। ਆ ਵੀ ਹੁਣ ਕਾਫੀ ਵੱਡਾ ਘਰ ਬਿਲਡ ਕਰ ਰਹੇ ਆ, ਇੰਨਾ ਕੁ ਤਾਂ ਆਪਾਂ ਵੀ ਕਰਾਂਗੇ ਵੈਸੇ। ਲਲੀ ਕਹਿੰਦਾ ਆਪਾਂ ਇੰਡੀਆ 'ਚ ਇਹੋ ਜਿਹਾ ਕੁਛ ਕਿਉਂ ਨਹੀਂ ਕਰਦੇ ਹੈਗਾ। ਸੋ ਗਾਇਸ, ਅੱਜ ਅਸੀਂ ਬੁਟੀਕ ਹੋਮਸ ਵਾਲਿਆਂ ਨਾਲ ਗੱਲ ਕਰਨ ਗਏ ਸੀ, ਅਪੁਆਇੰਟਮੈਂਟ ਬੁੱਕ ਕਰਾਤੀ ਉਹਨਾਂ ਨਾਲ ਸੈਟਰਡੇ ਦੀ। ਸੈਟਰਡੇ ਦੀ ਕਹਿ ਨਾ ਲਾਲੀ, ਸੈਟਰਡੇ ਦੀ ਅਪੁਆਇੰਟਮੈਂਟ ਬੁੱਕ ਕਰਾਤੀ। ਫਿਰ ਦੇਖਦੇ ਹਾਂ ਕਿੰਨਾ ਰੇਟ ਲਾਉਂਦੇ ਆਪਾਂ ਨੂੰ ਘਰ ਬਣਾਉਣ ਦਾ। ਅਸੀਂ ਵੈਸੇ ਉਰੇ ਕਾਰਲੈਸ ਹੋਮ ਦੇਖਣ ਆ ਗਏ ਸੀਗੇ, ਨਾਲ ਹੀ ਉਹ ਸੀਗੇ। ਹਾਂ ਅੱਡ ਅੱਡ ਕਰਤਾ ਵੀ ਕਿਤੇ ਰੌਲਾ ਨਾ ਪੈ ਜਾਏ ਕੱਪੜੇ ਦਾ। ਪਹਿਲਾਂ ਮੈਂ ਤੇ ਲਾਲੀ ਆਏ ਸੀਗੇ ਖੇਡਣ, ਉਹ ਪਿੱਛੇ ਸਾਡੀ ਟੀਮ ਵੀ ਆ ਗਈ ਕਾਲੀ ਗੱਡੀ 'ਚ। ਓਏ ਕਿੰਨੇ ਪਲੇਅਰ ਆਏ ਹੋ, ਬਾਕੀ ਕਿੱਧਰ ਗਏ? ਤੂੰ ਐਸੇ ਅਸੀਂ ਹੁਣ ਸੰਡੇ ਨੂੰ ਕੋਰਟ ਬੁੱਕ ਕਰਾ ਲੈਂਦੇ ਹਾਂ ਟੈਨਿਸ ਦਾ, ਖੇਡਣ ਲਈ ਵਧੀਆ ਲੱਗਦਾ। ਸਾਰੇ ਪੁੱਛ ਰਹੇ ਆ ਵੀ ਪਲਾਟ ਕਿਵੇਂ ਲਿਆ, ਵੀ ਤੁਸੀਂ ਸਾਰੇ ਕਹਿੰਦੇ ਸੀ ਅਸੀਂ ਇਕੱਠੇ ਲਵਾਂਗੇ। ਸਾਲ ਪਹਿਲੇ ਹੀ ਗੱਲ ਹੋਈ ਸੀ ਸਾਰੇ ਇਕੱਠੇ ਲੈ ਲਈਏ, ਪਰ ਇਹ ਸਾਰਾ ਦੀ ਸਿਚੁਏਸ਼ਨਸ ਅਲੱਗ ਸੀ ਨਾ, ਅਲੱਗ ਅਲੱਗ ਬਣਿਆ ਨਹੀਂਗਾ, ਪਰ ਪਹਿਲਾਂ ਇਕੱਠੇ ਲੈ। ਸੋ ਗਾਇਸ, ਮੈਨੇ ਤੇ ਜਸਕੀਰਤ ਨੇ ਉਹ ਜਿਹੜੇ ਬੈਠੇ ਨੇ ਬੰਦੇ, ਉਹਨਾਂ ਨੂੰ ਸਾਰਿਆਂ ਨੂੰ ਇੰਨਾ ਜ਼ੋਰ ਲਾਇਆ ਵੀ ਇਕੱਠੇ ਲੈਂਦੇ ਆ, ਪਰ ਉਹਨਾਂ ਦੀ ਵੀ ਚਲੋ ਰੀਜ਼ਨ ਸੀਗਾ। ਹਜੇ ਉਹ ਕਹਿੰਦੇ ਨਹੀਂ, ਸਾਡੇ ਹੋਰ ਬਹੁਤ ਕੰਮ ਨੇ, ਇੰਡੀਆ ਵੀ ਪੈਸੇ ਭੇਜਣੇ ਹੁੰਦੇ ਆ ਤੇ ਹੋਰ ਵੀ ਬਹੁਤ ਕੰਮ ਹੁੰਦੇ ਨੇ, ਸਟੂਡੈਂਟ ਲਾਈਫ 'ਚ ਫੀਸਾਂ ਵੀ ਇੰਨੀਆਂ ਹੁੰਦੀਆਂ ਨੇ, ਉਹ ਕਹਿੰਦੇ ਅਸੀਂ ਨਹੀਂ ਲੈ ਸਕਦੇ। ਸੋ ਸਾਰਿਆਂ ਦਾ ਕੋਈ ਕਿਸੇ ਦੀ ਵੀ ਸਿਚੁਏਸ਼ਨ ਨਹੀਂ ਸੀਗੀ ਲੈਣ ਦੀ, ਤੇ ਮੈਨੂੰ ਤੇ ਕਿਨੂੰ ਨੂੰ ਲੱਗਿਆ ਵੀ ਇਹ ਬਹੁਤ ਸਸਤੀ ਪ੍ਰੋਪਰਟੀ ਚੱਲ ਰਹੀ ਹੈ ਇਸ ਟਾਈਮ, ਕਿਉਂਕਿ ਇੰਟਰਸਟ ਰੇਟ ਕਾਫੀ ਹਾਈ ਨੇ। ਸੋ ਅਸੀਂ ਨੇ ਸੋਚਿਆ ਵੀ ਘਰ ਲਿਆ ਜਾਵੇ। ਬਾਕੀ ਸਾਰਿਆਂ ਨਾਲ ਗੱਲ ਹੋਈ ਹੋਈ ਆ ਵੀ ਜਿੱਥੇ ਅਸੀਂ ਘਰ ਲਿਆ ਇੱਥੇ ਇਹਨਾਂ ਨੇ ਨੇੜੇ ਤੇੜੇ ਸਾਰਿਆਂ ਨੇ ਘਰ ਲੈਣਾ। ਫਾਈਨਲੀ ਮੇਰਾ ਬਰਥਡੇ ਗਿਫਟ ਮਿਲ ਗਿਆ ਜਿਹੜਾ ਕੁਲਵਿੰਦਰ ਜੀ ਨੇ ਭੇਜਿਆ ਸੀ, ਬਹੁਤ ਹੀ ਪਿਆਰਾ ਸੂਟ ਭੇਜਿਆ ਉਹਨਾਂ ਨੇ ਮੈਨੂੰ। ਇਹਦੇ ਲਿਖਿਆ ਹੈ ਹੈਪੀ ਬਰਥਡੇ ਗੁਰਕੀਰਤ, ਗੋਡ ਬਲੈਸ ਯੂ ਫਰੋਮ ਯੂਅਰਸ ਕੁਲਵਿੰਦਰ ਦੀਦੀ, ਬੇਬੀ ਬੁਟੀਕ 0022। ਵਿਚਾਰਿਆਂ ਨੇ ਭੇਜਿਆ ਸੀ ਬਰਥਡੇ ਤੇ, ਕਿੰਨਾ ਸੋਹਣਾ ਹੈ, ਕਿੰਨਾ ਸੋਹਣਾ, ਬਹੁਤ ਜ਼ਿਆਦਾ ਸੋਹਣਾ। ਇਹ ਬਰਥਡੇ ਤੇ ਭੇਜਿਆ ਸੀਗਾ, ਬਹੁਤ ਸੋਹਣਾ ਆ, ਆਹ ਸਲਵਾਰ ਹੈ ਬਹੁਤ ਸੋਹਣਾ ਹੈ, ਪੌਂਚਾ ਤੇ ਲੋਕ ਹੈ, ਨਵਾਂ ਘਰ ਲੈ ਲਿਆ ਕਿਸੇ ਨੂੰ ਰੱਖਣਾ ਨੀ ਜਾਂ ਕੁਛ, ਆਲ ਦੈਟ ਜਦ ਤੱਕ ਹਰੇਕ ਦਾ ਘਰ ਨਹੀਂ ਪੈਂਦਾ ਉਦੋਂ ਤੱਕ ਅਸੀਂ ਸਾਰੀ ਇਕੱਠੀ ਰਵਾਂਗੇ। ਸਾਰਿਆਂ ਨੇ ਆਪਣੀ ਪ੍ਰੋਪਰਟੀਜ਼ ਤਾਂ ਲੈਣੀਆਂ ਹੀ ਆ, ਜਿਵੇਂ ਨਕਸ਼ਾ ਕਹਾਂਗੇ ਕਰ ਦੂਗਾ, ਕਰ ਦੂਗਾ ਜਮਾ ਜਮਾ ਡਿੱਟੋ ਲੇਬਰ ਵੀ ਉੱਥੇ ਸਸਤੀ ਪਊਗੀ,
फिर तेन तेन भी की कहना तेन लै गए तेन चलो वो ता चलो बैंक नहीं देता अपन लोन कोई चक्कर नहीं ग्रीन कलर दा रूम पक्का मम्मी तो पुछ के बना लगे मिस्सिया रोटियां लाने डैडी मैं कहना आप अच्छा ला ला नहीं डैडी लहाएगा मेरे नाल ਲਾਉਣਗੇ ਨੂੰ ਨੂੰ ਪਾਕੇ ਵਾਸਤੇ ਕੱਪ ਦੇ ਡੈਡੀ ਤੂੰ ਪਲਾਈਆਂ ਨੇ ਕਦੇ ਰੋਟੀਆਂ ਨਾ ਪਹਿਲੀ ਵਾਰ ਲਾਉਂਗੇ ਤੂੰ ਨਾ ਹੀਗਾ ਡੈਡੀ ਐ ਨਾ ਕਰ ਮੇਰੇ ਆ ਤੂੰ ਧੋਖਾ ਨਾ ਕਰ ਹੋਈ ਗਾਇਸ ਆਟਾ ਲੈ ਆਏ ਸੋ ਅੱਜ ਮੈਂ ਤੇ ਭੋਲਾ ਸਿੰਘ ਜੀ ਬਣਾਵਾਂਗੇ ਭੋਲਾ ਸਿੰਘ ਜੀ ਕੀ ਬਣਾਵਾਂਗੇ ਆਪਾਂ ਮਿੱਸੀਆਂ ਰੋਟੀਆਂ ਬਣਾ ਲੈਣੇ ਆ ਮਿੱਸੀਆਂ ਰੋਟੀਆਂ ਬਣਾ ਲਈਏ ਹਾਂ ਚਾਹ ਵੀ ਬਣਾਉਣੀ ਹੈ ਚਾਹ ਵੀ ਬਣਾਉਣੀ ਆ ਦੁੱਧ ਚ ਪੱਤੀ ਚਾਹ ਤੈਨੂੰ ਆਉਂਦੀ ਆ ਬਣਾਉਣੀ ਹਾਂ ਚਾਹ ਤਾਂ ਫਿਰ ਤੁਸੀਂ ਬਣਾ ਲਓਗੇ ਹਾਂ ਚਾਹ ਵੀ ਤੂੰ ਹੀ ਬਣਾ ਦੇਂ ਮਿੱਸੀ ਮਿੱਸੀਆਂ ਰੋਟੀਆਂ ਮੈਨੂੰ ਲਾਉਣੀਆਂ ਨਹੀਂ ਆਉਂਦੀਆਂ ਮੈਂ ਮੰਮੀ ਤੋਂ ਪੁੱਛ ਲੈਣਾ ਫੋਨ ਕਰਕੇ ਕਿਵੇਂ ਲਾਉਂਦੀਆਂ ਨੇ ਬਸ ਲੂਣ ਪਾ ਕੇ ਬਸ ਆਟੇ 'ਚ ਨਹੀਂ ਮੈਨੂੰ ਪਤਾ ਨਹੀਂ ਹੁੰਦਾ ਵੀ ਕਿੰਨਾ ਕੁ ਬੇਸਣ ਪਾਉਣਾ ਕੀ ਪਾਉਣਾ ਓਲਾ ਸਿੰਘ ਜੀ ਪਹਿਲੀ ਵਾਰ ਮੇਰੇ ਵੀਰੇ ਆਸਟ੍ਰੇਲੀਆ ਚਾਹ ਬਣਾ ਰਹੇ ਨੇ ਚਾਹ ਬਾਤ ਪੱਤੀ ਪਾਉਂਗਾ ਹਾਂ ਉਦੋਂ ਬਾਅਦ ਸ਼ੱਕਰ ਪਾਉਂਗਾ ਚਾਹ ਪੱਤੀ ਵੀ ਨਹੀਂ ਪਤਾ ਮੈਨੂੰ ਤਾਂ ਕਿੱਥੇ ਮੈਂ ਬਣਾਉਂਦੇ ਨਹੀਂ ਚਾਹ ਮੈਂ ਕਦੇ ਇੱਕ ਵਾਰ ਬਣਾਈ ਆ ਬਸ ਇੰਡੀਆ ਇਹਨਾਂ ਚਾਹ ਇਹ ਤਾਂ ਮਿੱਠਾ ਹੈ चाय पत्ती वाओ एक कैडी पीनो के कैडी शक्कर डालेंगे पोला सिंह सरपंच बना रहा है चाय पोला सिंह जी तुम शुगर है गल सीधी ज्यादा ना पाओ बड़ा क्यूट लगता रेडी तू काम करता तुझे चाय से बुलाया है बधाई हो गई दुध ही नहीं है नहीं सच्ची नहीं है देख लो फिर मारू पी लूंगा मारू क्यों मैं लेके आऊं बज के मर्जी चल मैं लेके आना दूध चल छड़ परे मैं ताई काली पी लूंगा तो बेसन केड़ा है ना चो खा के टेस्ट करके देखना पहले नीचे नीचे जरा वो दही वाले डब्बे च चार है ओदे पीछे ठीक है ये जरा रोटियां बन जांदियां पांच छह तुसे के बना लगे हो मिसिया रोटियां मिसिया रोटियां ला लांगे नमक भी पा लांगे है ना डैडी विच ज्यादा नहीं होजू डैडी अज भोला सिंह जी मेरे नाल हेल्प करा रहे ने काम च सारी पालो है ना बेसन दा ला रहा रोटियां फिर दुध लेके आ एक कम तो करिए आटा
ਕਿਵੇਂ ਥੋੜਾ ਜਿਹਾ ਨੂਣ ਪਾ ਲਿਓ ਹਲਕਾ ਜਿਹਾ ਜਿਵੇਂ ਲਿਟਲ ਬਿਟ ਪਾ ਨਮਕ ਦਾ ਪਾਤਾ ਭੋਲੇ ਨੇ ਮਿਲਣੀ ਨਹੀਂ ਹੈਗੀ ਇਹ ਪਾਣੀ ਲਾ ਲਾ ਕੇ ਵਧਾਉਣੀ ਹੈ ਰੋਟੀ ਐ ਆ ਤਾਂ ਇਹ ਕਰਨੀ ਹੈ ਪਾਣੀ ਕਾਲਾ ਕੱਢਦੇ ਪਾਣੀ ਲਾ ਕੇ ਹੁਣ ਅਸੀਂ ਕੁੰਨ ਰਹੇ ਹਾਂ ਜੀ ਆਟਾ ਤੇ ਹੌਲੀ ਹੌਲੀ ਅਸੀਂ ਪਾਣੀ ਪਾਈ ਜਾਂਦੇ ਹਾਂ ਤੇ ਜਿਹੜੀ ਇਹ ਮਸ਼ੀਨ ਵੀ ਮੈਂ ਹੀ ਲਿਆਂਦੀ ਸੀ ਇੱਕ ਦਿਨ ਮੈਨੂੰ ਆਟਾ ਗੁੰਨਣਾ ਪੈ ਗਿਆ ਸੀਗਾ ਮੈਨੂੰ ਲੱਗਿਆ ਔਖਾ ਹੱਥਾਂ ਨਾਲ ਫਿਰ ਮੈਂ ਅਗਲੇ ਦਿਨ ਮਸ਼ੀਨ ਲਿਆਂਦੀ ਕੁੜੀਆਂ ਜਿਹੜੀ ਆਪਾਂ ਮੰਨਦੇ ਨਹੀਂ ਵਿਚਾਰੀਆਂ ਮਿਹਨਤ ਬਾਹਲੀਆਂ ਕਰਦੀਆਂ ਨੇ ਹਨਾ ਰਾਤ ਵੀ ਵਿਚਾਰੀ ਹਨੇਰੇ ਤੱਕ ਰੋਟੀ ਲਾਈ ਗਈ ਸਵੇਰੇ ਫੇਰ ਵਿਚਾਰੀ ਸ਼ੂਟ ਤੇ ਚੱਲ ਗਈ ਸਾਡਾ ਆਟਾ ਗੁੰਨਿਆ ਗਿਆ ਦੇਖੋ ਬੋਲਾ ਜੀ ਸਹੀ ਆ ਡਨ ਹੁਣ ਅਸੀਂ ਲਾਉਣ ਲੱਗਦੇ ਹਾਂ ਰੋਟੀਆਂ ਮਿੱਸੀਆਂ ਹੱਥ ਤੇ ਲਾ ਕੇ ਮਾੜਾ ਗਰਮ ਹੋ ਜਾਂਦਾ ਹੱਥ ਨਾਲ ਇੱਕ ਸੱਪ ਦੇ ਮੰਮੀ ਥੇੜੀ ਆ ਨਾ ਸੱਪ ਦੀ ਹੁੰਦੀ ਆ ਸੱਚ ਹਾਂ ਹੁਣ ਥੱਪਿਆ ਜਾ ਰਿਹਾ ਬਣ ਗਈ ਗੱਲ ਸੋ ਸਪੀਡ ਬਸ ਬਸ ਬਿਲਕੁਲ ਪਾਸ ਐ ਕਰੋ ਫਿਰ ਡੋਂਗਾ ਜਾਂ ਟੱਕੋ ਰੋਟੀਆਂ ਦੇ ਸੇਮ ਮਿੱਸੀ ਰੋਟੀ ਬਣ ਗਈ ਆਪਣੇ ਘਰ ਵਰਗੀ ਪੱਕੀ ਗੱਲ ਫਿਰ ਮੱਖਣੀ ਵੀ ਲੈ ਜਾਂਦੇ ਆਪਾਂ ਜੇ ਦੁੱਧ ਨਾ ਆਇਆ ਮੱਖਣੀ ਲੈ ਆਉਂਦੇ ਖੁਸ਼ਬੂ ਸੇਮ ਆ ਰਹੀ ਆ ਪਿੰਡ ਵਾਲੀ ਰੋਟੀ ਵਰਗੀ ਰੁਕ ਜਾ ਰੁਕ ਜਾ ਰੁਕ ਜਾ ਰੁਕ ਜਾ ਇਹ ਗੱਲਬਾਤ ਬਣ ਗਈ ਬਸ ਚੱਕ ਨਾ ਹਾਂ ਕੱਚੀ ਤਾਂ ਨਹੀਂ ਖਾ ਕੇ ਦੇਖ ਲਾ ਖਾ ਕੇ ਦੇਖ ਲਓ ਦੇਖ ਲਓ ਖਾ ਕੇ ਕੱਚੀ ਨਾ ਹੋਵੇ ਕਿਤੇ ਆਹੋ ਦੇਖ ਲਓ ਖਾ ਕੇ ਠੰਡੀ ਹੋ ਜਾਂਦਾ ਮਾੜੀ ਕਿਤੇ ਮੂੰਹ ਚ ਆਉਣਾ ਗੁਰਕੀਰਤ ਦੇ ਨਿੰਬੂ ਦਾ ਚਾਰ ਗੁਰਕੀਰਤ ਜਸਕੀਰਤ ਸੱਚੀਓ ਘਰ ਵਰਗੀ ਬਣ ਗਈ ਪੱਕੀ ਗੱਲ ਓਲੀ ਏ ਪੂਰੀ ਲੈ ਕਿਵੇਂ ਸਵਾਦ ਕਿਵੇਂ ਬਹੁਤ ਵਧੀਆ ਉਹੀ ਉਹੀ ਟੇਸਟ ਆ ਜਿਹੜੀ ਵੀ ਤਾਂ ਲੈ ਕੇ ਪਾਰ ਗਿਆ ਉਹਦੀ ਰੋਟੀ ਲੂਣ ਬਿਲਕੁਲ ਠੀਕ ਪਿਆ ਭੋਲਾ ਸਿੰਘ ਬਣਾ ਰਹੇ ਨੇ ਰੋਟੀ ਜਿਹੜੀ ਉਹ ਜਿਹੀ ਟੇਸਟ ਆ ਜਮਾ ਘਰ ਵਰਗਾ ਭੋਲੇ ਦੀ ਰੋਟੀ ਭੋਲੇ ਦੀ ਰੋਟੀ ਓਲੇ ਦੀ ਰੋਟੀ ਭੋਲੇ ਦੀ ਰੋਟੀ ਥੋੜੀ ਮੋਟੀ ਨਹੀਂ ਲੱਗਦੀ ਤੁਹਾਨੂੰ ਆ ਮੋਟੀ ਸਮਾਂ ਚੰਗੀ ਹੈ ਜਾਣ ਕੇ ਕੀਤੀ ਹੈ ਜਾਣ ਕੇ ਕੀਤੀ ਹੈ ਪਤਲੀ ਦੀ ਆ ਕਿਉਂ ਬਣਨਾ ਹੈ ਬਣ ਗਈ ਗੱਲ ਇੱਕ ਹੋਰ ਪਾਵਾਂ ਪਾ ਦੋ ਭੋਲਿਆ ਵੇ ਤੇਰੀ ਮਿੱਸੀ ਰੋਟੀ ਭੋਲਿਆ ਵੇ ਤੇਰੀ ਮਿੱਸੀ ਰੋਟੀ ਸੋ ਕਿਊਟ ਬਣ ਗਈ ਬਣ ਗਈ ਖੜਾ ਕਿਉਂ ਲਾ ਦਈਏ ਬਾਬੇ ਹੁਣ ਬਣੀ ਹੈ ਮੇਰੀ ਰੋਟੀ ਵਧੀਆ ਹੱਥ ਨਾਲ ਬਚਾਵੇ ਇਹ ਮਿੱਸੀ ਰੋਟੀ ਤੁਸੀਂ ਵਧੀਆ ਬਣਾ ਦੀ ਭੋਲੇ ਦਾ ਪੂਰੀਆਂ ਚੀਜ਼ਾਂ ਲਾ ਦੀਆਂ ਰੋਟੀ ਤੇ ਆਹ ਬਣੀ ਆ ਅਸਲੀ ਰੋਟੀ ਡੈਡੀ ਮੋਟੀਆਂ ਵਧੀਆ ਨੇ ਕਿ ਪਤਲੀਆਂ ਕਿਉਂਕਿ ਤੈਂ ਲਾਈਆਂ ਨੇ ਤਾਂ ਕਰਕੇ ਉਧਰ ਪਿੰਡ ਵੀ ਭੂਣ ਫੋਣ ਕਰਕੇ ਕਹਿੰਦਾ ਜਿਹੜਾ ਮੋਟੀਆਂ ਰੋਟੀਆਂ ਨੇ ਉਹ ਜ਼ਿਆਦਾ ਸਵਾਦ ਨੇ ਉਹ ਮੈਂ ਲਾਈਆਂ ਨੇ ਕਹਿੰਦਾ ਪਰਵਿੰਦਰ ਵਾਲੀਆਂ ਦਾ ਕਹਿੰਦਾ ਕੈੜੀਆਂ ਹੀ ਸੀਗੀ ਪਤਲੀਆਂ ਤੀਆਂ ਮਨਾ ਰਹੀਆਂ ਨੇ ਦੋਨੇ ਭੈਣਾਂ ਨਿਹਾਲ ਵੀ ਲੱਗਿਆ ਪਿਆ ਤਿਆਰ ਹੋ ਗਏ ਔਰਗੈਨਿਕ ਕੇਲੇ ਬਿਨਾਂ ਮਸਾਲੇ ਤੋਂ ਬਿਨਾਂ ਕਾਹਦੇ ਤੋਂ ਵੀ ਪਰ ਨਾ ਸਾਈਜ਼ ਛੋਟਾ ਹੈ ਉਧਰ ਕੀ ਕਹਿ ਕੇ ਆ ਰਹੇ
ਕਹਿੰਦਾ ਮੈਂ ਤਾਊ ਕੋਲ ਜਾਣਾ ਗੱਲਾਂ ਬਾਤਾਂ ਕਰਕੇ ਆਉਣਾ। ਕੀ ਦੇਖਣ ਜਾਣਾ ਬੇਟੇ ਕੱਲ ਨੂੰ ਪਰੇ ਦੱਸ ਦੇ ਪ੍ਰੋਮਿਸ ਕੀ ਕਰੇ। ਜਾਦੂਗਰ ਦਿਖਾ ਕੇ ਲਿਆਉਣਾ ਵੀ ਬੱਚੇ ਨੂੰ ਪਟਿਆਲੇ ਜਾਦੂਗਰ ਆਇਆ।